ਉਦਣ ਮੈਂ 500 ਦਾ ਚਲਾਇਆ ਉਦਣ ਵੇਖਦਾ ਸੀ 1050 ਕੱਟ ਕਰਦੇ ਉਧਰ 1050 ਕੱਟ ਕਰਦੇ ਉਧਰ ਨਹੀਂ ਮੈਂ ਉਦੋਂ ਅਹਿਮਦਗੜਾ ਪਜਰਾ ਨਹੀਂ ਉਧਰ 500 ਦਾ ਚਲਾਇਆ ਉਦੋਂ ਭੈਣਾ ਸਾਹਮਣੇ ਟਾਵਰ ਨਹੀਂ ਟਾਵਰ ਤਾਂ ਇੱਥੇ ਵੀ ਆ ਯਾਰ ਇੱਥੇ ਬਾਈ ਉਹ ਹੈ ਨਹੀਂ ਹੈ ਬਾਈ ਯੂਜ਼ਰ ਵੱਧ ਹੈ ਬਾਈ ਯੂਜ਼ਰ ਵੱਧ ਆ ਉਹਦੇ ਯੂਜ਼ਰ ਹੈ ਨਹੀਂ ਕਿ ਉਧਰ ਯਾਰ ਲੋਕਾਂ ਨੂੰ ਪਤਾ ਨਹੀਂ ਨਾਲੇ ਸਮਝ ਨਹੀਂ ਆਉਂਦੇ ਵਾਲੇ ਅੱਜ ਸਾਰਿਆਂ ਦੇ ਦੇਖਿਆ ਨਜ਼ਾਰਾ ਵਾਲਾ ਸਮੂਹ
Thank you.
ਅਗਲਾ ਮੈਚ ਚੌਂਕੇ ਕਲਾਂ ਦੇ ਛੱਡੀ ਪੂਰੇ ਟੀਮਾਂ ਖੇਡ ਵਿੱਚ ਆ ਜਾਣਗੀਆਂ। ਚੌਂਕੇ ਕਲਾਂ ਤੇ ਜੰਡੀ ਦਾ ਅਗਲਾ ਮੈਚ ਕਬੱਡੀ ਗਰੁੱਪ ਦਾ ਖੇਡਿਆ ਜਾਵੇਗਾ। ਇੱਧਰ ਕੁਝ ਮਾਨ ਸਮਾਨ ਕੀਤੇ ਜਾ ਰਹੇ ਸੁੱਖਾ ਸਾਡਾ ਵੀਰ ਕਬੱਡੀ ਕਰਦਾ ਹੋਇਆ ਤੇ ਕੱਲ ਸਿੱਧੀ ਦਿਸ਼ਾ ਦੇ ਬੱਜੂ ਬੇਸ਼ੱਕ ਜਾਤੀ ਕਿਹੜੀ ਆ ਵੀ ਸੰਤਾ ਸ਼ੀਸ਼ੀਆਂ ਪੀ ਕੇ ਕਿੱਦਾਂ ਨਹੀਂ ਕੌਡੀ ਖੇਡੀ ਆ ਤੜਕੇ ਉੱਠ ਕੇ ਚਰਚਾ ਲਾਉਣਾ ਰੰਜਨਪਾਲ ਸਿੰਘ ਜੀ ਤੋਂ ਵਧੀਆ ਸਾਨੂੰ ਵਧੀਆ ਹੋ ਕਰ ਗਿਆ ਜੇ ਜੰਮਾ ਲਾ ਰਿਹਾ ਪੰਜਾਬ ਸਾਡੀ ਬੇਨਤੀ ਹੈ ਮੇਰਾ ਵੀ ਬਿਲਕੁਲ ਕਰੀ ਬੰਦਾ ਪਾਣੀ ਬਾਹਰ ਦੀ ਰੋਡ ਦੀ ਚਾਰ ਦੇ ਬਿਲਕੁਲ ਮੇਰਾ ਵੀ ਕਿਰਪਾ ਕਰਕੇ ਪਾਣੀ ਬਾਹਰ ਦੀ ਰੋਡ ਦੀ ਚਾਰ ਦੇ ਬੜੀ ਮਿਹਰਬਾਨੀ ਹੋਵੇਗੀ। ਅਗਲਾ ਮੈਚ ਚੱਡੀ ਅਗਲਾ ਮੈਚ ਚੌਂਕੇ ਕਲਾਂ ਤੇ ਜੱਡੀ ਸਾਡੀ ਟੀਮਾਂ ਗਰਾਊਂਡ ਦੇ ਵਿੱਚ ਹਜੇ ਤੱਕ ਨਹੀਂ ਪੁੱਜੀਆਂ ਕਿਉਂਕਿ ਮੇਰੇ ਕੋਲ ਜੈਮੀ ਕਰ ਤਾਂ ਨੇੜਾ ਹੋਇਆ ਹੋਇਆ ਰੈਫਰੀ ਤੇ ਜੱਜਮੈਂਟ ਨਹੀਂ ਹੁੰਦੀ ਕਿਉਂਕਿ ਬਾਅਦ ਵਿੱਚ ਰੌਲਾ ਪਾ ਕੇ ਬਹਿ ਜਾਂਦੇ ਹੋ। ਚੌਂਕੇ ਕਲਾਂ ਤੇ ਜੱਡੀ ਦਾ ਮੈਚ ਸ਼ੁਰੂ ਹੋ ਰਿਹਾ ਇਸ ਮੈਚ ਤੋਂ ਬਾਅਦ ਦੋਵੇਂ ਟੀਮਾਂ ਜਿੱਥੇ ਵੀ ਨਾਲ ਸੌਂਕੀਆਂ ਹੋਣਗੀਆਂ ਗਰਾਊਂਡ ਵਿੱਚ ਆ ਕੇ ਇਸ ਪਰ ਕਰ ਲੈਣਗੀਆਂ ਚੌਂਕੇ ਕਲਾਂ ਤੇ ਜੱਡੀ ਦਾ ਅਗਲਾ ਮੈਚ ਪਾਸੇ ਵਿੱਚ ਕਬੱਡੀ ਖੇਡਿਆ ਜਾ ਰਿਹਾ ਹੈ। ਜਦ ਵੀ ਹਰਦੀਪ ਸਿੰਘ ਪਾਸੇ ਵਿੱਚ ਕਬੱਡੀ ਹਰਦੀਪ ਦੀ ਕਲਾਸ ਵਿੱਚ ਪਹਿਲੀ ਹੋਈ ਕਬੱਡੀ ਮੇਰੀ ਜੀਓ ਕਿ ਜੇ ਬਣ ਗਿਆ ਸੁਪਰ ਖਿਡਾਰੀ ਮੈਨੂੰ ਹੋਰ ਵੀ ਅੱਗੇ ਸਫਾਰੀ ਚੂਟਣ ਤੁਹਾਡਾ ਬੋਲਣਾ ਸੱਚੀ ਗੱਲ ਮਿੱਤਰਾ ਤੇ ਛੱਡ ਪੈਸਿਆਂ ਦਾ ਖੇੜਾ ਤੂੰ ਹੋ ਜਾ ਕੰਪੀ ਬਣ ਮਿੱਤਰਾ ਤੇ ਛੱਡ ਪੈਸਿਆਂ ਦਾ ਖੇੜਾ ਤੂੰ ਹੋ ਜਾ ਕੰਪੀ ਬਣ ਮਿੱਤਰਾ ਕਰ ਖਾਣਾ ਪੈਂਦਾ ਮੇਰੇ ਜੀਓ ਮਿਹਨਤ ਕਰਨੀ ਪੈਂਦੀ ਹੈ ਸਵੇਰੇ ਉੱਠ ਕੇ ਭੱਜਣਾ ਪੈਂਦਾ ਤਾਂ ਕਿ ਜਾ ਕੇ ਕਬੱਡੀ ਖੇਡੀ ਜਾਂਦੀ ਹੈ। ਅੱਜ ਹਰਦੀਪ ਪੜੈਲ ਪਿੰਡ ਵਾਲਾ ਕ੍ਰਿਕਟ ਦਾ ਵਾਧਾ ਹੋਰ ਕਰਦਾ ਹੋਇਆ ਹੈ ਕਹਿੰਦੇ ਕਿ ਸੁਬਿੰਦੇ ਆਪਾ ਪੇਟੀ ਵੱਡੀ ਜਮਿੰਦੇ ਦੀ ਪਈ ਹੋਈ ਪੱਟੀ ਮੇਰੇ ਜੀਓ ਕਬੱਡੀ ਪੱਟੀ ਕਰਦਾ ਹੋਇਆ ਹੈ ਕਿ ਕਰਦੀ ਹੋਵੇ ਬਦਮਾਸ਼ੀ ਤਾਂ ਦਿਲ ਸ਼ੇਰ ਦਾ ਚਾਹੀਦਾ ਜੇ ਖੇਡਣੀ ਹੋਵੇ ਕਬੱਡੀ ਤਾਂ ਹੱਥੋਂ ਦੀ ਮਿਹਰ ਦਾ ਚਾਹੀਦਾ ਜੋ ਲੇਖਾਂ ਦੇ ਵਿੱਚ ਹੈ ਨੀ ਉਹ ਕਦੇ ਮਹਿਤਾ ਨਹੀਂ ਹੁੰਦਾ ਪਰ ਉਹਦੀ ਮਾਂਜੇ ਤੋਂ ਬਿਨਾਂ ਨੱਕੀ ਸਾਹਿਬ ਪਤਾ ਕਦੇ ਮਹਿਤਾ ਨਹੀਂ ਹੁੰਦਾ ਬਾਕੀ ਮੇਰੀ ਜੇ ਬਦਮਾਸ਼ੀ ਕਰਦੇ ਦਿਲ ਸ਼ੇਰ ਦਾ ਹੋਣਾ ਜ਼ਰੂਰੀ ਹੈ ਪਰ ਜੇ ਕਬੱਡੀ ਖੇਡਣੀ ਆ ਤਾਂ ਹੱਥੋਂ ਦੀ ਮਿਹਰ ਦਾ ਜ਼ਰੂਰੀ ਹੈ ਅੱਜ ਸਾਰੀ ਹੋਈ ਮਿਹਤਾ ਮੁੱਲ ਤੇ ਖਾਧੀ ਖੁਰਾਕ ਦਾ ਮੁੱਲ ਚੌਕੀ ਮਾਂ ਅੱਡੇ ਵਿੱਚ ਪੈਂਦਾ ਮੇਰੀ ਜੀਓ ਚੌਕੀ ਮਾਂ ਅੱਡੇ ਵਿੱਚ ਲੱਗੀਆਂ ਹੋਈਆਂ ਰੋਡ ਗਾੜੀ ਸਾਡੀ ਬੇਚੈਨ ਚੌਂਕੇ ਕਲਾਂ ਤੇ ਜੱਡੀ ਦੋਵੇਂ ਟੀਮਾਂ ਗਰਾਊਂਡ ਵਿੱਚ ਆ ਕੇ ਸੰਪਰਕ ਕਰ ਲਏ ਚੌਂਕੇ ਕਲਾਂ ਤੇ ਜੱਡੀ ਲੱਕੀ ਪੀਤਾ ਤੇ ਸੁਖਾ ਕਿਰਪਾ ਕਰਕੇ ਸਟੇਜ ਦੇ ਲਾਗੇ ਅੱਜ ਦੇ ਵਿੱਚ ਆਪਣੇ ਇਹਨਾਂ ਦੇ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਨੇ ਉੱਧਰ ਸਾਡੇ ਸਰਪਿੰਦਰ ਸਿੰਘ ਸੰਘੇ ਦਾ ਵੀ ਵਿਸ਼ੇਸ਼ ਜਿਹੜੇ ਮਾਨ ਸਨਮਾਨ ਕੀਤੇ ਗਏ ਨੇ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਆਪ ਸੰਕੇਤ ਮੈਦਾਨ ਵਿੱਚ ਪਹਿਲੀ ਹੋਈ ਕਬੱਡੀ ਮੇਰੀ ਜੀਓ ਤੇ ਪੜੈਲ ਵਾਲੇ ਦੀ ਪਹਿਲੀ ਹੋਈ ਕਬੱਡੀ
ਤੇ ਦੂਜੇ ਪਾਸੇ ਲੱਗਦਾ ਹੋਇਆ ਜਫਰ ਠਾਕਰ ਮੰਨ ਕੇ ਸਿੱਧੂ ਪਿੰਡ ਵਾਲਾ ਅੱਜ ਕਰ ਦੇ ਕਿਤੇ ਝੋਲਾ ਲਾ ਦੇ ਨੇ ਜਲਾਬ ਦੀ ਆ ਪੈਂਦਾ ਚੁੱਕਦਾ ਪਰ ਅੱਜ ਮੰਨ ਕੇ ਸਿੱਧੂ ਪਹਿਲੇ ਕਬੱਡੀ ਕਰਕੇ ਜੱਦੀ ਦੀ ਧਰਤੀ ਦਾ ਢੋਲਾ ਨਾ ਮੰਦਰ ਕੁੜੀ ਪਾਉਣੀ ਪੜਿਆ ਹੋਇਆ ਤੇ ਦੂਜੇ ਪਾਸੇ ਆਪਣਾ ਤੇ ਦੂਜੇ ਪਾਸੇ ਕੀ ਦਾ ਪਿਆਰ ਨਾ ਹੋਤਾ ਵੀ ਆ ਕੇ ਵਰਿੰਦਰ ਤੇ ਜੋਤਰ ਸਿੰਘ ਦੀ ਤੁਰੇ ਤੁਰੇ ਜਾਪੀ ਤੇ ਕੰਨੀਆਂ ਬੜੀਆਂ ਨਲਦੀਆਂ ਨੇ ਜੀ ਇੱਧਰ ਤੋਂ ਮੇਰੀ ਬੜੀ ਸੁਖ ਬੜੀ ਤਾਂ ਦੂਜੇ ਤੇ ਨਿਕਾ ਆਂਦਾ ਤੁਰੀ ਜੀ ਦੇ ਜੱਦ ਤੇ ਜੁੜਾ ਹੋਇਆ ਤੇ ਕਾਰਾ ਸਿੱਧੀ ਵਾਹ ਤੇ ਆ ਕੇ ਸਮੇਂ ਜਾਪੀ ਦੇ ਜੱਦ ਤੇ ਜੁੜਾ ਹੋਇਆ ਚੱਲ ਵੀ ਪਿੱਤਰ ਬਾਤ ਇਹ ਬੜੀ ਉਹਨਾਂ ਪੰਜ ਜਿਹੜੇ ਵੀਤਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਸੰਬੰਧੀ ਕੜਾ ਵਾਲੀ ਦਾ ਅੱਜ ਤੱਕ ਫਿਰ ਚੌਂਦਾ ਹੋਇਆ ਕਬੱਡੀ ਦੂਰ ਕਰਕੇ ਪਿੰਡਾਂ ਦੇ ਵਿੱਚ ਸਵਾਬ ਦੇਣਾ ਪੈਂਦਾ ਹੈ ਦੂਰ ਕਰਕੇ ਪਰ ਪੂਰਾ ਪੈਂਦਾ ਅੱਜ ਤੱਕ ਪੱਤਰ ਦੀ ਪਈ ਹੋਈ ਕਬੱਡੀ ਅੱਜ ਤੱਕ ਕਹਿੰਦੇ ਦੂਰ ਕਰਕੇ ਪੱਤਰ ਦੀ ਪਈ ਕੋਈ ਪਾਸੇ ਅਰ ਜਿੱਤ ਮਿਲ ਗਿਆ ਪਿੰਡ ਵਾਲਾ ਤੇ ਦੂਜੇ ਪਾਸੇ ਜਿੱਤਾ ਜੰਦੀ ਪਿੰਡ ਵਾਲਾ ਇੱਧਰ ਪਿੰਡ ਪੁੱਟਾ ਹੋਇਆ ਕਬੱਡੀ ਜਿੱਤਾ ਵਾਹ ਫੜੀ ਖੁੱਚ ਬੱਚੀ ਫਿਰਕੇ ਕੀ ਲਾ ਗਿਆ ਜੱਫਾ ਸਾਡਾ ਵੀ ਢੋਲਾ ਪੰਜ ਜਿਹੜਾ ਕਿ ਜਿੰਨੇ ਵੀ ਸੁਣੀ ਅੰਤ ਲੜੇਗਾ ਸੌ ਦੇ ਬਾਅਦ ਤੇ ਆਏ ਉਧਰ ਕਾਲਾ ਸਰਬੀ ਦਾ ਸਾਥ ਪਿਆ ਕਾਲ ਸੁਣੀ ਕਬੱਡੀ ਵਿੱਚ ਹੋਰ ਲੱਗ ਚੁੱਕਿਆ ਹੋਰ ਸਰਬੀ ਦੀ ਗੱਲ ਹੋ ਚੁੱਕੀ ਹੈ ਸਮੱਗਰੀ ਕਲਾ ਵਾਲੇ ਸਵੀ ਬਹੁਤ ਮੋਟਰਸਾਈਕਲ ਮਿਲਿਆ ਅੱਜ ਮੇਰੇ ਵੀਰੋ ਤੇ 200 ਰੁਪਏ ਦੀ ਕਬੱਡੀ ਵਿੱਚ ਲੱਗਿਆ ਹੋਇਆ ਹੈ ਸਮੱਗਰੀ ਵਾਲੇ ਸੋਨੀ ਦੀ ਪਈ ਹੋਈ ਕਬੱਡੀ ਤੇ ਸੌ ਰੁਪਇਆ ਕਾਲਾ ਮੇਰਾ ਵੀਰ ਤੇ 100 ਰੁਪਇਆ ਢੋਲਾ ਪੰਜ ਤਿਆਰ ਹੋ ਜਾਣਗੀਆਂ ਇੱਧਰ ਚੂਟ ਚੱਕ ਵਾਲੇ ਪਿੱਤਰ ਦੀ ਪਈ ਹੋਈ ਕਬੱਡੀ ਆ ਮੇਰੇ ਵੀਰੋ ਇੱਕ ਵਸ ਕੇ ਜਿੱਤਾ ਜੱਦੀ ਵਾਲਾ ਬੜਾ ਵੱਡ ਖਾਣਾ ਜਾਪੀ ਹੈ ਪਰ ਇਹ ਹੋਈ ਲੱਗ ਲਾਗੀ ਦੇ ਜੱਫਾ ਦੀ ਜੱਫਾ ਦਾ ਦੇ ਜੀਤਾ ਤਾਂ ਸੌ ਰੁਪਿਆ ਲੋਦੂ ਕਾਰਨ ਸਰਦੀ ਵਾਲੇ ਕੁੱਤੀ ਵਿੱਚ ਰੁਪਈਏ ਨੇ ਕਹਿੰਦਾ ਸੌ ਰੁਪਿਆ ਕੋਈ ਅੱਖ ਨਹੀਂ ਲਵਣ ਲੈ ਵੀ ਜੱਦੀ ਵਾਲਾ ਜਿੱਤਾ ਸੌ ਰੁਪਿਆ ਤੇਰਾ ਹੋ ਗਿਆ ਕਾਰਨ ਸਰਦੀ ਵਾਲੇ ਦਾ ਜੇ ਬਣਾਉਣੇ ਆ 10 ਇੱਕ ਤੇ ਕਰਦੇ ਆ ਸਹੀ ਨਹੀਂ ਬਣੀ 10 ਇੱਕ ਸਹੀ ਨਹੀਂ ਬਣੀ ਅਗਲੇ ਦੇ ਰਿਕਾਰਡ ਲਾ ਲਈ ਹੁਣ ਪੈਣੀ ਅੱਜ ਪਿੰਡ ਚੌਂਕੀ ਮਾਂ ਦੇ ਵਿੱਚ ਲੱਗੀਆਂ ਹੋਈਆਂ ਰੌਣਕ ਨੇ ਆਪਣੀਆਂ ਜਾਤਾਂ ਛੱਡਦਾ ਪਹਿਲਾਂ ਕਬੱਡੀ ਕੱਪ ਪੂਰੇ ਪੰਜ ਦਿਨ ਦੇ ਹੈ ਅੱਜ ਮੇਰੇ ਵੀਰੋ
ਅੱਜ ਦੇ ਅੱਜ ਦਾ ਵੀ ਫਿਰ ਸੇ ਉੱਤਰ ਗਿਆ।
ਲਾਵੀ
ਦੂਜੇ ਪਾਸੇ ਸੋਨੀ ਆਹ ਦੋ ਸੌ ਰੁਪਇਆ ਦੇ ਦਿੱਤਾ ਵਾਹ ਜੀ ਵਾਹ
ਪਤਾ ਕਿਹਨੂੰ ਬੜਾ ਗਿਆ ਉਹਨੂੰ ਬੜਾ ਗਿਆ ਤੇਜ ਨੂੰ ਪੈਸੇ ਉਹ ਆਪ ਤੋਂ ਚਲਿਆ ਗਿਆ ਪਹਿਲਾਂ ਸੋਹਣਿਆ
ਲਾਲੇ ਪੱਟੀ ਦੇ ਸਾਰੇ ਦਰਸ਼ਕਾਂ ਦਰਸ਼ਕੀ ਸੇ ਜਾਣੇ ਵਾਲਿਆਂ ਸਿੱਧੂ ਪੇਟਾ ਵਾਲਾ ਨਾਮ ਦਰਸ਼ਕ ਕੋਲ ਨਾਲ ਨਿਊਜ਼ ਫੀਲ ਸਰਦੇ ਵਜੇ ਕੋਲੀ ਉਤੇ ਅੱਛਾ ਅੱਖ ਬੰਦ ਆ ਹਾ ਇਹ ਅਸਲੀ ਨਿਕਾ ਤੇ ਦੂਜੇ ਪਾਸੇ ਦੂਜੇ ਗੁਰੂ ਘਰ ਦੀ ਪਈ ਕਬੱਡੀ ਲੱਗ ਗਈ ਆ ਜੱਫਾ ਦੇ ਧਾਫੀ ਗਿਆ ਚੱਕੇ ਆ ਲੈ ਸਾਹਿਬ ਦੇ ਜਾਫੀ ਨਾਲ ਸਾਡਾ ਵੀ ਸੋਨੀ ਸਿੱਧੂ ਦੇ ਜਾਫੀ ਨੇ ਕਸੌਟੀ ਦੇ ਮਾਣ ਹੋ ਦਿੱਤਾ ਲਾਲੀ ਪਟਵਾਰੀ ਪਟਵਾਰੀ ਦੇ ਜਿੰਗੇ ਮਾਜ ਕਰ ਜੱਫਾ ਲਾਵੇਗਾ ਨਾ ਪਟਵਾਰੀ ਵੀ ਜਿੰਗਰ ਵਾਲਾ ਸਾਡਾ ਵੀ ਇੱਧਰ ਪਟਵਾਰੀ ਦੇ ਕੋਟੀ ਵਾਲਾ ਸਾਡੇ ਕੋਲੇ ਪਟਵਾਰੀ ਵਾਲੇ ਸਾਡੇ ਪਾਚਾ ਚਲੋ ਮੇਰੇ ਕੋਲ 500 ਰੁਪਏ ਆਪਣਾ ਵੀ ਲਾ ਦਿੱਤੇ ਜੀ ਲਾਉਣਾ ਨੂੰ ਬਾਹਰ ਜੀਰਾ ਅੱਜ ਦੁਨੀਆ ਮੁਲਕ ਬਣੀ ਪਈ ਹੋਈ ਕਬੱਡੀ ਤੇ ਦੂਜੇ ਪਾਸੇ ਆਦਰੇ ਕੋਟੇ ਕਲਾ ਵਾਲਾ ਆਦਰੇ ਜੱਫਾ ਵਾਲੀ ਜੱਗ ਕਰਦਾ ਪਰ ਸਿਖਾਂਕ ਮੇਰੇ ਧਾਫੀ ਦੇ ਹਿੱਸੇ ਤੇ ਲੁਕਾ ਹੋਇਆ ਅੱਧੇ ਮੇਰੇ ਦੇ ਖੱਤ ਕਿੰਨਾ ਆ ਵੀ ਆਪਾਂ ਆ ਜਾਣਾ ਦੇਖੀ ਨੂੰ ਪੰਦਰਾਂ ਸੌ ਰੁਪਇਆ ਬਾਅਦ ਮੈਨੂੰ ਮੈਂ ਵਾਪਸ ਆ ਦਿੱਤਾ ਬਾਅਦ ਕਰੂੰਗਾ
ਹਾਲੇ ਦੱਸਾਂ ਗਿਆ 5000 ਕਾਪੀ ਹੈ ਜੀ ਲੈ ਲਈ ਪਟਵਾਰੀ ਖੇਤੂ ਜੱਫਾ ਲਾਲ ਦੇ 5000 ਰੁਪਇਆ ਵਾ ਤਾਲੀਆਂ ਮਾਰੋ ਕੋਈ ਜੋਰ ਜੱਸ ਤੇ ਤਾਲੀਆਂ ਮਾਰੋ ਕਰਾ ਜਾ ਪਿਆਰੇ ਬੰਦੇ ਆ ਜੀ ਕਰਦੇ ਨਹੀਂ ਆ ਸਾਡੀ ਕਬੜੀ ਦਾ ਜੱਟ ਸੰਖਿਆ ਦੇ ਬੈਠ ਗਏ ਤੇ ਅੱਛੇ ਵੰਦ ਹੋ ਲੱਗ ਗਿਆ ਜੱਫਾ ਸਲੇਟਾ ਹੀ ਬਰੀ ਹੋਈ ਕਬੜੀ ਤੇ ਦੂਜੇ ਪਾਸੇ ਅਮਲਾ ਤੇ ਸਲੇਟਾ ਸਲੇਟਾ ਤੇ ਅਮਲਾ ਤਾਲੀ ਦਾ ਮਾਰ ਦਿਓ ਜਿਹੜੇ ਜਾਫੀ ਨੇ ਅਮਨਾ ਤੇ ਨਿੱਕਾ ਸਾਂਝੇ ਜਾਫੀ ਕਰ ਦਿੱਤੇ ਨੇ ਮੋਟਾ ਤੇ ਅਮਨਾ ਦੋਨੇ ਸਾਂਝੇ ਜਾਫੀ ਨੇ ਇਸ ਜਦੋਂ ਬੈਂਡ ਜਾਫਰੇਟਰ ਦੀ ਗੱਲ ਨਾਲ ਜਿਹੜੇ ਫਰਜ਼ ਕੌਕੇ ਗੱਲਾਂ 61000 ਰੁਪਇਆ ਤੇ ਕੈਲ ਦਿੱਤੀ 30000 ਰੁਪਇਆ ਦੂਜਾ ਨਮ 41000 ਰੁਪਇਆ ਪਿੱਛੇ ਨੂੰ ਵੀਰੇ ਪਿੱਛੇ ਨੂੰ ਆਏ ਨਹੀਂ ਪਿੱਛੇ ਨੂੰ ਆਏ ਨਹੀਂ ਫਿਰ ਆਉਣਾ ਨਹੀਂ ਅੱਜ ਦੇ ਕਬੱਡੀ ਕੱਪ ਦੇ ਸਾਟ ਟੀਮੇ ਵੀ ਕੌਕੇ ਕਲਾ ਦੇ ਹਿੱਸੇ 61000 ਰੁਪਇਆ ਗਿਆ ਤਾੜੀ ਮਾਰ ਦਿਓ ਤੁਹਾਰੀ ਇੱਕ ਵਾਰ ਤਾੜੀ ਮਾਰੋ 61000 ਰੁਪਇਆ ਪਹਿਲਾ ਕਬੱਡੀ ਦਾ ਕੱਪ ਦਿੱਤਾ ਗਿਆ ਧੰਨਵਾਦ ਕਰਦੇ ਆ ਪਹਿਲਾ ਕਬੱਡੀ ਦਾ ਕੱਪ ਕੌਕੇ ਮਾਰਦੇ ਜਿਹੜਾ ਹੋਇਆ ਮੇਰੇ 61000 ਰੁਪਏ ਕੌਕੇ ਕਲਾ ਦੀ ਵਧਾਈ ਦੀ ਪਾਤਰ ਆ ਅਤੇ ਸਾਈਡ ਨਾਲ 41000 ਰੁਪਇਆ ਫੁੱਗਾ ਮੁੜ ਕੇ ਟੀਮ ਸੈਂਟਰ ਵੱਜਿਆ ਜੀ ਨਹੀਂ ਫੁੱਗਾ ਮੁੜ ਕੇ ਆਜਾ ਬਹਿ ਜਾ ਧੰਨਵਾਦ ਕਰਦੇ ਹਾਂ 41000 ਰੁਪਇਆ ਬੁੰਗਾ ਮੋਤੀ ਦੀ ਸਾਈਡ ਰਹੀ ਆ ਫਿਰ ਜਾਫੀ ਨੇ ਜਿਹੜੇ ਕੱਢੇ ਨੇ ਆਪੋ ਵੀ ਦੱਸ ਦਿੱਤਾ ਤਾੜੀ ਮਾਰ ਦਿਓ ਜੋਰ ਦੀ ਬੁੰਗਾ ਮੋਦ ਜੀ ਦੇ ਸਾਈਡ 41000 ਰੁਪਇਆ ਦਿੱਤਾ ਗਿਆ ਧੰਨਵਾਦ ਕਰਦੇ ਹਾਂ ਅਸੀਂ ਮਸ਼ੀਨ ਤੌਰ ਤੇ ਕਿਹੜਾ ਪਿੰਡ ਆ ਬੁੰਗਾ ਮੂਲ ਦਾ ਜੀ ਆ ਜੀ ਡਾਇਰੈਕਟਰ ਰੇਟਰ ਆ ਜੋ ਪਹਿਲਾ ਪਿੰਦਰ ਪਹਿਲਾ ਬੈਸਟ ਰੇਟਰ ਆ ਜੋ ਪਿੰਦਰ ਆ ਜੋ ਕਿ ਬਾਕੀ ਸਾਈਡ ਤੇ ਆ ਜੋ ਤੜ ਜੋ ਯਾਰ ਇਹ ਤੇ ਮੋੜੇ ਤੇ ਲਾਏ ਆ ਮੋੜਾ ਸਾਂਝੇ ਕੱਢੇ ਨੇ ਅਸੀਂ ਉਹ ਵੀ ਵਾਜਾ ਨਿੱਕਾ ਤੇ ਅਮਨਾ
ਨਿੱਕਾ ਤੇ ਆਪਣਾ ਦੋਨੇ ਸਾਂਝੇ ਜਾਫੀ ਕੱਢੇ ਕਿਉਂਕਿ ਜੱਥੇ ਤੋਂ ਦਿੱਕੋ ਤੇ ਰਾਈ ਨਹੀਂ ਇਹਨਾਂ ਦੀ ਚੈਨ ਬਹੁਤ ਤਕੜੀ ਵਾਲੇ ਕਦੇ ਮੋਟਰਸਾਈਕਲ ਜੇਤੂ ਨੇ ਕਹਿੰਦੇ ਐਸ ਡੀ ਦੇ ਜੇਤੂ ਨੇ ਮੇਰੇ ਬਹੁਤ ਧੰਨਵਾਦ ਕਰਦੇ ਕਿਉਂਕਿ ਕੱਲ੍ਹ ਕਬੱਡੀ ਨਰਸੀ ਕਿਹਾ ਜਾਂਦਾ ਅਸੀਂ ਮਾਨਾ ਸਨਮਾਨ ਦੀ ਗੱਲ ਅਸੀਂ ਕਿਸੇ ਦੇ ਖਿਲਾਫ਼ ਕੋਈ ਸ਼ਬਦ ਕਿਹਾ ਗਿਆ ਹੋਵੇ ਤਾਂ ਮੈਂ ਤੁਹਾਡਾ ਆਪਣਾ ਛੋਟਾ ਵੀ ਲੱਗੇ ਤਾਂ ਕਿਸੇ ਦੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਸੋ ਇਹ ਸੀ ਅੱਜ ਦੀ ਕਬੱਡੀ ਕੱਪ ਦੀਆਂ ਯਾਦਾਂ ਬਾਜੀ ਅੱਗੇ ਮੇਰਾ ਵਾਸ ਮਾਰੇ ਤੇ